लड्डू अचार जेडे मिलते नहीं होंगे छगना के चार लड्डू ओ आए च खोलो इन हेलो हेलो वधिया लगा मिलके थैंक यू वेलकम बैक गाइस ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਬਹੁਤ ਜਣਾਂ ਦੇ ਪਿਛਲੀ ਵੀਡੀਓ ਤੇ ਕਮੈਂਟ ਆਏ ਸੀ ਆ ਨਾਮ ਰੱਖ ਦੋ ਉਹ ਨਾਮ ਰੱਖ ਦੋ ਫਾਈਨਲੀ ਆਪਾਂ ਨਾਮ ਅਲੈਕਸਾ ਰੱਖ ਰਹੇ ਆ ਆਪਣੀ ਫੀਮੇਲ ਹਸਕੀ ਡੌਗ ਦਾ ਸਾਰਿਆਂ ਨੇ ਬਹੁਤ ਵਧੀਆ ਵਧੀਆ ਨਾਮ ਸੁਜੈਸਟ ਕੀਤਾ ਥੈਂਕ ਯੂ ਸਾਰਿਆਂ ਦਾ ਨਾਮ ਸੁਜੈਸਟ ਕਰਨ ਲਈ ਫਿਲਹਾਲ ਇਹ ਗਾਇਸ ਘਰ 'ਚ ਬਹੁਤ ਜ਼ਿਆਦਾ ਖਲਾਰਾ ਪਾ ਰਹੀ ਹੈ ਬਾਕੀ ਨਹੀਂ ਯਕੀਨ ਕਰਦਾ ਤਾਂ ਫੈਮਿਲੀ ਤੋਂ ਪੁੱਛ ਲਓ ਮੰਮੀ ਤਾਂ ਬਹੁਤ ਜ਼ਿਆਦਾ ਤੰਗ ਆ ਮੈਨੂੰ ਤਾਂ ਬਹੁਤ ਤੰਗ ਕਰਦੀ ਆ ਆਹੀ ਕਮਰੇ 'ਚ ਨਾ ਇਹ ਛੱਡੋ ਆ ਜਾਓ ਕੀ ਹਾਲ ਆ ਤੇਰਾ ਵਧੀਆ ਵਧੀਆ ਪੱਗ ਸੋਹਣੀ ਬੰਨਣ ਲੱਗ ਗਿਆ ਸ਼ਾਬਾ ਐ ਅਲੈਕਸਾ ਆ ਜਾ 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 ਤੇ ਮੰਮੀ ਤੋਂ ਦੋ ਦਿਨ ਸਵਾਲ ਪੁੱਛ ਰਹੇ ਆ ਮੰਮੀ ਜੀ ਸਾਗ ਬਣੂਗਾ ਅੱਜ ਸਾਗ 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 ਤੇ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਅਲੈਕਸਾ ਤੋਂ ਦੁਖੀ ਤਾਂ ਨਹੀਂ ਬਸ ਕੋਈ ਚੀਜ਼ ਨਹੀਂ ਛੱਡਦੀ ਗਮਲਿਆਂ 'ਚੋਂ ਮਿੱਟੀ ਨਹੀਂ ਛੱਡਦੀ ਹੈਗੀ ਆਹ ਬੈਠੀ ਵਿਚਾਰੀ ਤੇ ਇੱਥੋਂ ਸਾਰਿਆਂ ਨੇ ਦੁਖੀ ਆ ਘਰ 'ਚ ਪਿਆਰ ਬਹੁਤ ਕਰਦੀ ਆ ਗੱਲ ਹੈ ਮਤਲਬ ਇੰਨਾ ਮੈਨੂੰ ਮੇਰੀ ਸਹੇਲੀ ਨਹੀਂ ਕਰਦੀ ਸੀ ਜਿੰਨਾ ਇਹ ਕਰਦੀ ਆ ਆਵਾ ਕਿੰਨਾ ਕੁ ਦੁਖੀ ਹਾਂ ਦੱਸੋ ਸਹੀ ਦੱਸੋ ਦੁਖੀ ਤਾਂ ਨਹੀਂ ਇੰਨੇ ਜ਼ਿਆਦਾ ਹੈਗੇ ਪਰ ਇਹ ਗੱਲ ਤੇ ਇਹ ਆ ਨਾ ਮੈਂ ਤੁਹਾਨੂੰ ਕਿੰਨੀ ਆ ਵੀ ਇਹ ਗਮਲਿਆਂ ਦੇ ਵਿੱਚ ਮਿੱਟੀ ਨਹੀਂ ਰਹਿਣ ਦਿੰਦੀ ਬੂਟੇ ਪੱਟ ਦਿੰਦੀ ਆ ਹਾਂ ਜਿਵੇਂ ਕਿਹਾ ਤੁਸੀਂ ਭਰਿਆ ਹੋਇਆ ਬੂਟਾ ਦੇਖ ਸਕਦਾ ਜਿਹੜਾ ਇਹਨੇ ਖਾਲੀ ਕਰਤਾ 2-4 ਦਿਨਾਂ ਦੇ ਵਿੱਚ ਹੀ ਹਾਂ ਦੂਜੀ ਗੱਲ ਚੱਪਲ ਨਹੀਂ ਛੱਡਦੀ ਨਹੀਂ ਛੱਡਦੀ ਕਿ ਗੋਪੀ ਦੇ ਬੂਟ ਜੇ ਉਹ ਕੰਮ ਤੋਂ ਉਹਦਾ ਬੂਟ ਚੁੱਕ ਕੇ ਲੈ ਜਾਂਦੀ ਆ ਬੂਟ ਚੁੱਕ ਕੇ ਲੈ ਜਾਂਦੀ ਹੁੰਦੀ ਬੂਟ ਝਾੜੂ ਨਹੀਂ ਛੱਡਦੀ ਝਾੜੂ ਵੀ ਨਹੀਂ ਛੱਡਦੀ ਹੁਣ ਕਹਿ ਸਕਦੇ ਵੀ ਅਲੈਕਸਾ ਸ਼ਿਕਾਇਤਾਂ ਲੱਗ ਰਹੀਆਂ ਤੇਰੀਆਂ ਇਹਦੀਆਂ ਵੀ ਸ਼ਿਕਾਇਤਾਂ ਲੱਗ ਰਹੀਆਂ ਹੁਣ ਗਰਮ ਜੇ ਪਾਣੀ ਨਾਲ ਨਵਾਉਣ ਲੱਗੇ ਆ ਤੈਨੂੰ ਧੁੱਪੇ ਛੱਡਣਾ ਵਾ ਇਹਦਾ ਪਤਾ ਨਹੀਂ ਇਹਦੇ ਲਈ ਮੈਂ ਇੱਕ ਟੱਬ ਜਾ ਲੈ ਕੇ ਆਉਣਾ ਵਾ ਉਹਦੇ ਵਿੱਚ ਉਹਨੂੰ ਸੈੱਟ ਦਿਆਂ ਤੇ ਮਲਦੇ ਆ ਟਿਕਾ ਕੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਉਹਨੇ ਫੁੱਟਬਾਲ ਦਾ ਕੀ ਹਾਲ ਕਰਤਾ ਘਰ ਦੇ ਲੈ ਕੇ ਆਏ ਸੀ ਇਹਦੇ ਲਈ ਇਹਨੂੰ ਪਤਾ ਵੀ ਨਵਾਉਣ ਲੱਗ ਗਏ ਟੱਬ ਡੁੱਬ ਚੱਕ ਲਾਉਂਦੇ ਟਾਈਮ ਨਾਲ ਹੀ ਖਤਮ ਕੈਮਰਾਮੈਨ ਇਹ ਆ ਜਿਹੜਾ ਬਹੁਤ ਜ਼ਿਆਦਾ ਡਰਦਾ ਅਲੈਕਸਾ ਤੋਂ ਵਿਚਾਰਾ ਅੰਦਰ ਖੜਾ ਦੇਖ ਲਓ ਜਦੋਂ ਖੁੱਲੀ ਹੁੰਦੀ ਆ ਉਹਨਾਂ ਟਾਈਮ ਇਹ ਵਿਚਾਰਾ ਅੰਦਰ ਹੁੰਦਾ ਆਪਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਨਵਾਈ ਨੇ ਇਹਨੂੰ ਕਿੰਨਾ ਟਾਈਮ ਹੋ ਗਿਆ ਕਿਉਂਕਿ ਜਦੋਂ ਦੀ ਲੈ ਕੇ ਆਉਂਦੀ ਉਦੋਂ ਪਹਿਲਾਂ ਆਪਾਂ ਨੂੰ ਕੋਈ ਬਾਹਰ ਡਾਟਾ ਤਾਂ ਪਤਾ ਨਹੀਂ ਕਦੋਂ ਨਵਾਈ ਆ ਕੀ ਖਵਾਇਆ ਇਹਨੂੰ ਫੇਸ ਵਾਸ਼ ਲੱਗ ਗਿਆ ਅਲੈਕਸਾ ਦੇ ਨਿੱਕੇ ਹੁੰਦੇ ਮੈਨੂੰ ਇੰਨੇ ਚੱਜ ਨਾਲ ਕਹੀ ਨਹੀਂ ਨਵਾਇਆ ਬਈ ਪਹਿਲਾਂ ਕਿ ਜਾਣ ਅੰਦਰ ਜੋ ਤੈਨੂੰ ਧੁੱਪ ਲੱਗੂਗੀ ਨਾ ਥੋੜੀ ਇਹਨੂੰ ਫੇਰ ਠੀਕ ਰਹੂਗੇ ਹੁਣ ਡਾਲੀ ਆ ਕੇ ਪਾਉਣਾ ਹੈ ਚੱਲ ਹੁਣ ਚੱਲੀ ਬਾਈ ਕੋਠੇ ਅਲੈਕਸਾ ਸੋ ਗਾਇਸ ਵਲੌਗ ਕੰਟੀਨਿਊ ਕਰਦੇ ਹਾਂ ਤੁਹਾਨੂੰ ਇੱਕ ਐਪਲੀਕੇਸ਼ਨ ਦੇ ਬਾਰੇ ਦੱਸਣਾ ਚਾਹੁੰਦਾ ਜਿਸ ਦਾ ਨਾਮ ਹੈ ਬਿਨੋਮੋ ਐਪ ਤੇ ਇਹ ਐਪਲੀਕੇਸ਼ਨ ਐਂਡਰੋਇਡ ਤੇ iOS ਦੋਨਾਂ 'ਚ ਅਵੇਲੇਬਲ ਆ ਆਪਾਂ ਇੱਥੇ ਅਲੱਗ ਅਲੱਗ ਚੀਜ਼ਾਂ ਦੇ ਟ੍ਰੇਡਿੰਗ ਕਰ ਸਕਦੇ ਹਾਂ ਜਿੱਦਾਂ ਗੂਗਲ ਐਪਲ ਤੇ ਗੋਲਡ ਅਪਾਰਟ ਫਰੋਮ ਦੈਟ ਗਾਇਸ ਆਪਾਂ ਇੱਥੇ ਕਰੰਸੀ ਦੇ ਵੀ ਟ੍ਰੇਡਿੰਗ ਕਰ ਸਕਦੇ ਹਾਂ ਜਿਸ ਦੇ ਵਿੱਚੋਂ ਆਪਾਂ ਨੂੰ 90% ਪ੍ਰੋਫਿਟ ਮਿਲ ਸਕਦਾ ਆਪਾਂ ਨੂੰ ਜਸਟ ਸਟਾਕ ਦੀ ਵੈਲਿਊ ਫੋਰਕਾਸਟ ਕਰਨੀ ਹੁੰਦੀ ਹੈ ਟਾਈਮ ਦੇ ਰਿਕਾਰਡਿੰਗ ਇਨਕਰੀਸ ਐਂਡ ਡਿਕਰੀਸ ਹੁੰਦੀ ਰਹਿੰਦੀ ਹੈ ਹੁਣ ਜਿੱਦਾਂ ਕਿ ਮੈਨੂੰ ਮੇਰੇ ਐਕਸਪੀਰੀਅੰਸ ਤੋਂ ਲੱਗ ਰਿਹਾ ਵੀ ਇਹ ਸਟਾਕ ਦੀ ਵੈਲਿਊ ਅਪ ਜਾਊਗੀ ਤੇ ਇਹਦੇ ਵਿੱਚ ਮੈਂ 700 ਰੁਪਏ ਦਾ ਫੋਰਕਾਸਟ ਅਪ ਕਰਨ ਲੱਗਾ ਐਂਡ ਯੈਸ ਗਾਇਸ ਮੇਰਾ ਫੋਰਕਾਸਟ ਸਹੀ ਨਿਕਲਿਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਅਮਾਊਂਟ ਨੂੰ 24 ਘੰਟੇ ਦੇ ਅੰਦਰ ਅੰਦਰ Paytm ਐਂਡ ਬੈਂਕ ਐਂਡ ਥਰੂ ਵਿਡਰਾ ਕਰ ਸਕਦੇ ਆ ਗਾਇਸ ਦਾ ਮਿਨਿਮਮ ਡਿਪੋਜ਼ਿਟ 350 ਰੁਪਏ ਅਗਰ ਤੁਸੀਂ ਮੇਰਾ ਪ੍ਰੋਡਕਟ ਪ੍ਰੋਮੋ ਕੋਡ ਯੂਜ਼ ਕਰਦੇ ਹੋ ਤਾਂ ਤੁਹਾਡਾ ਜੋ ਡਿਪੋਜ਼ਿਟ ਆ ਡਬਲ ਹੋ ਜਾਊਗਾ ਟਾਪ ਅਪ 400 ਇਟ ਮੀਨਸ 800 ਸੋ ਗਾਇਸ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਫਟਾਫਟ ਜਾ ਕੇ ਡਾਊਨਲੋਡ ਕਰੋ ਐਂਡ ਡਾਊਨਲੋਡ ਕਰਨ ਸਾਰੇ ਤੁਹਾਨੂੰ 65000 ਰੁਪਏ ਬਿਲਕੁਲ ਫ੍ਰੀ ਦਿੱਤੇ ਆਣ ਕੇ ਟ੍ਰੇਡਿੰਗ ਕਰ ਲਈ ਸੋ ਗਾਇਸ ਦੇਰ ਕਿਸ ਗੱਲ ਦੀ ਆ ਫਟਾਫਟ ਜਾ ਕੇ ਡਾਊਨਲੋਡ ਕਰੋ ਐਂਡ ਇੰਜੋਏ ਕਰੋ ਐਂਡ ਹਾਂ ਗਾਇਸ ਆਈ ਐਮ ਅ ਬਾਇਨੋਮਿਸਟਿਸ ਆਰ ਯੂ ਆਇਆ ਤਾਂ ਪਾਊਡਰ ਲਾ ਦੇ ਪਾਊਡਰ ਕਦੇ ਜ਼ਿੰਦਗੀ 'ਚ ਤੁਸੀਂ ਮੇਰੇ ਲਾਇਆ 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 ਨਾ ਮੇਰੀ ਚਿੱਟਾ ਨਿਕਲਿਆ ਚਿੱਟਾ ਕਿੱਥੇ ਵਾ ਸਾਵਲਾ ਸਾਵਲਾ ਨਾਲ ਵੀ ਕਮੈਂਟ ਕਰੋ ਸਾਰਿਆਂ ਨੇ ਬਈਓ ਸਾਵਲਾ ਹਨਾ ਬਾਕੀ ਧੁੱਪ ਕਰਕੇ ਥੋੜਾ ਫੇਸ ਸ਼ਾਈਨਿੰਗ ਕਰ ਰਿਹਾ ਉਹ ਵੀ ਪੂਰਾ ਕਾਲਾ ਕਾਲਾ ਤੇ ਤਾਂ ਇਹ ਫੋਟੋ ਵਧੀਆ ਆ ਰਹੀ ਆ ਵੀਡੀਓ
ਕਹਿੰਦੀ ਛੱਡ ਦਿਓ ਮੈਨੂੰ ਮੈਂ ਭੱਜਣਾ ਮੈਂ ਭੱਜਣਾ ਉਹ ਚੱਕੋ ਪੋਟਰ ਪੋਟਰ ਫੜੀ ਪੋਟਰ ਚੱਕ ਦੇ ਨਹੀਂ ਚੱਕ ਕੇ ਦੇ ਮੈਂ ਬਿਸਮ ਮਾਰਾਂ ਬਾਕੀ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਵੇਂ ਦੇ ਮੇਰੇ ਹੱਥ ਤੇ ਨਿਸ਼ਾਨ ਪਾਉਂਦੀ ਆ ਮਤਲਬ ਘਰੂਣ ਜੇ ਬਹੁਤ ਮਾਰਦੀ ਆ ਇਹ ਤੇ ਇਸ ਚੀਜ਼ ਨੂੰ ਵੀ ਹਜੇ ਹਟਾਵਾਂਗੇ ਆਪਾਂ ਬਹੁਤ ਥਾਵਾਂ ਤੇ ਗਾਇਸ ਬਹੁਤ ਥਾਵਾਂ ਤੇ ਇਹਨੇ ਇਦਾਂ ਕੀਤਾ ਹੋਇਆ ਮੇਰੇ ਦੰਦੀ ਦਾ ਜੇ ਹਿਸਾਬ ਨਾਲ ਤੂੰ ਬੈਠਾ ਨਾ ਤੇਰੇ ਪਹਿਲਾਂ ਮੈਂ ਹੀ ਵੱਢੂੰਗਾ ਉਹ ਦੇ ਮੁੜ ਕੇ ਇਹ ਵੱਢੂਗੀ ਉਹ ਦੇ ਬਣਦੀ ਆ ਸਪਾਈਡਰਮੈਨ ਕਿਵੇਂ ਲੱਗੀ ਅਲੈਕਸਾ ਤੁਹਾਨੂੰ ਅਲੈਕਸਾ ਬਹੁਤ ਵਧੀਆ ਵਧੀਆ ਬਹੁਤ ਵਧੀਆ ਤੁਸੀਂ ਘਰੇ ਨਹੀਂ ਨਾ ਰਹਿੰਦੇ ਤੁਹਾਨੂੰ ਤੁਸੀਂ ਤਾਂ ਕਹਿ ਰਹੇ ਹੋ ਬਹੁਤ ਵਧੀਆ ਘਰੇ ਰਹਿ ਕੇ ਦੇਖੋ ਇਹਨਾਂ ਇੱਕ ਦਿਨ ਮੈਨੂੰ ਪਤਾ ਹੱਥ ਦੇਖ ਲੈ ਮੇਰਾ ਨਹੀਂ ਛੱਡਦੀ ਗੇਟ ਦੀਆਂ ਚਾਬੀਆਂ ਮੰਮੀ ਤੁਸੀਂ ਇਹਨੂੰ ਦਿੰਨੇ ਕਿਉਂ ਆ ਯਾਰ ਦਿੰਨੇ ਕਿਵੇਂ ਇਹਨੂੰ ਚਾਬੀਆਂ ਨਾ ਅਸੀਂ ਲੋਕ ਲਾ ਕੇ ਛੇਤੀ ਸਾਨੂੰ ਮੂਰੇ ਖੜ ਜਾ ਰਹੀ ਚਾਬੀਆਂ ਫੜਾਓ ਮੈਨੂੰ ਅੱਛਾ ਆਹ ਕੰਮ ਚਾਬੀਆਂ ਫੜ ਲੈਂਦੀ ਆ ਬਾਕੀ ਗਾਇਸ ਤੁਸੀਂ ਅਲੈਕਸਾ ਦਾ ਤਾਂ ਜਿੰਨਾ ਕੁ ਵਲੌਗ ਮੈਂ ਬਣਾਇਆ ਉਹ ਤੁਸੀਂ ਦੇਖ ਹੀ ਲਿਆ ਇਦੂ ਅੱਗੇ ਵਲੌਗ ਸਟਾਰਟ ਹੋ ਰਿਹਾ ਸਰਪ੍ਰਾਈਜ਼ ਵਾਲਾ ਉਹ ਵੀ ਲਾਸਟ ਤੱਕ ਦੇਖਿਓ ਥੋੜ੍ਹੇ ਕੁ ਦਿਨਾਂ ਪਹਿਲਾਂ ਨਾ ਇੱਕ ਸਰਪ੍ਰਾਈਜ਼ ਦਿੱਤਾ ਸੀ ਆਪਣੀ ਫੈਮਿਲੀ ਨੂੰ ਅਤੇ ਦੇਖਿਓ ਸਾਰੀਆਂ ਕਲਿੱਪਸ ਲਾਸਟ ਤੱਕ ਜ਼ਰੂਰ ਦੇਖਿਓ ਮੈਂ ਰਸੋਈ 'ਚ ਆਇਆ ਨਾਲ ਹੀ ਬਾਹਰ ਨਗਰ ਕੀਰਤਨ ਆ ਗਿਆ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਹੀ ਹਾਂ ਠੀਕ ਆ ਹੁਣ ਨਗਰ ਕੀਰਤਨ ਤੋਂ ਬਾਅਦ ਕਰਦੇ ਹਾਂ खून पसीने की कमाई वैसे कोई खून पसीने की नहीं जस्ट ना एक तुक्का हुंदा वा खून पसीने की कमाई आपां उहनूं कहिंदे आ जदों आपां दिहाड़ियां करदे आ मतलब एदां तां कोई फिजिकली कम करदे आ हना ਨੋ ਡਾਊਟ ਮਿਹਨਤ ਕੰਮ 'ਚ ਹੈਗੀ ਆ ਪਰ ਉਹ ਵਾਲੀ ਮਿਹਨਤ ਨਹੀਂ ਜਿਹੜੀ ਆਪਣੇ ਘਰ ਦੇ ਕਰਦੇ ਹਨਾ ਇਹਨਾਂ ਮੈਂ ਇੱਕ ਐਕਸਪੈਰੀਮੈਂਟ ਕਰਨ ਲੱਗਾ ਵਾਂ ਯਾਨੀ ਕਿ ਵੀ ਘਰ ਦੇ ਗਾਲਾਂ ਨਾ ਕੱਢਣ ਮੈਨੂੰ ਹਨਾ ਜਿਵੇਂ ਤਿਵੇਂ ਕਰਕੇ ਮੈਂ ਲੇਟ ਆਵਾਂ ਅਤੇ ਪਾਰਟੀ ਵੀ ਤੁਸੀਂ ਸਾਰਿਆਂ ਨੇ ਦੇਖੀ ਆ ਨਾ ਬਹੁਤ ਵਧੀਆ ਸੀਗੀ ਮੈਂ ਅੱਗ ਵਾਲੀ ਗੱਲ ਨਹੀਂ ਅਤੇ ਬਸ ਘਰ ਦੇ ਗਾਲਾਂ ਨਾ ਕੱਢਣ ਮੈਨੂੰ ਬਹੁਤ ਜ਼ਿਆਦਾ ਗਾਲਾਂ ਪੈਂਦੀਆਂ ਯਾਰ ਤਾਂ ਉਹਦਾ ਸਲਿਊਸ਼ਨ ਲੱਭਿਆ ਇੱਕ ਆਪਾਂ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜੇ ਕਾਮਯਾਬ ਰਿਹਾ ਤਾਂ ਤੁਸੀਂ ਵੀ ਲੱਗ ਜਾਓ ਅਰਨ ਕਰਨ ਅਤੇ ਘਰ ਦੇ ਦੀ ਗਾਲਾਂ ਤੋਂ ਬਚ ਸਕਦੇ ਹਾਂ ਚਲੋ ਨਗਰ ਕੀਰਤਨ ਦਾ ਚਲਿਆ ਗਿਆ ਬਾਪੂ ਜੀ ਵੀ ਆਪਣੇ ਨਾਲ ਹੀ ਚਲਿਆ ਗਿਆ ਘਰੇ ਨੀ ਖੜੇ ਜਮਾ ਵੀ ਖੁਸ਼ ਚਾਰ ਲੱਡੂ ਨੀ ਮਿਲਦੇ ਹੁੰਦੇ ਜਿਹੜੇ ਸਮਝਦੀ ਸੀ ਪਹਿਲੀ ਵਾਰੀ ਨੀ ਬਹੁਤ ਵਾਰੀ ਮੈਂ ਰਿਕਾਰਡ ਹੀ ਨੀ ਕੀਤਾ ਕਰੇ ਲੱਡੂ ਆਚਾਰ ਜਿਹੜੇ ਮਿਲਦੇ ਨੀ ਹੁੰਦੇ ਸ਼ਗਨਾਂ ਦੇ ਚਾਰ ਲੱਡੂ ਉਹ ਆਏ ਖੋਲੋ ਇਹਨੂੰ ਦੇਖਿਆ ਖੋਲ ਕੇ ਦੇਖਦੇ ਮੇਰੇ ਪੁੱਤ ਨੇ ਪੈਸੇ ਮੈਨੂੰ ਗਿਣਨੇ ਤਾਂ ਨੀ ਬਸ ਮੈਨੂੰ ਦੱਸ ਵੀ ਮੇਰੇ ਦਾਦੇ ਨੇ ਕਰਨ ਦਾ ਸੋਨੇ ਦਾ ਲਾਉਣ ਵਾਸਤੇ ਦਿੱਤੇ ਕਿ ਕਰਨ ਵਾਸਤੇ ਜੋ ਮਰਜ਼ੀ ਕਰੋ ਤੁਹਾਡੇ ਆ ਇਹ ਤੇ ਕਿੰਨੀ ਅਮਾਉਂਟ ਹੋਊਗੀ ਲਗਭਗ ਦੇਖੋ ਨੂੰ ਤਾਂ ਲੱਗਦੇ ਆ ਮੈਂ ਖੋਲ ਕੇ ਦੇਖਾਂ ਚਲੋ ਦੇਖੋ ਫਟਾਫਟ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ
ਮੈਨੂੰ ਤੰਗ ਨੀ ਕਰਨਾ ਜੇ ਰਾਤ ਨੂੰ ਆਵੇ ਗਿਆ ਗੇਟ ਟੱਪ ਕੇ ਫੜਿਆ ਗਿਆ ਬਾਈ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਨਾ ਸਟਾਰਟਿੰਗ ਚ ਮੈਂ ਗੇਟ ਟੱਪ ਕੇ ਘਰੇ ਵੜਦਾ ਹੁੰਦਾ ਮੈਂ ਫੜਿਆ ਗਿਆ ਰਾਤ ਗੇਟ ਟੱਪ ਕੇ ਵੜਿਆ ਨਾ ਤੇ ਫਿਰ ਤੈਨੂੰ ਤੰਗ ਕੀ ਆ ਫਿਰ ਟਾਈਮ ਸਿਰ ਆਉਣਾ ਤਾਂ ਫਿਰ ਤਾਂ ਠੀਕ ਆ ਫਿਰ ਜੇ ਟਾਈਮ ਨੇਰੇ ਸਵੇਰੇ ਆਉਣਾ ਵਾ ਫਿਰ ਤੁਸੀਂ ਜਾਣ ਤਾਂ ਦਿੰਦੇ ਨਹੀਂ 4 ਵਜੇ ਹੋਏ ਆ ਮੈਂ ਘਰੇ ਕਿਹੜੇ ਵੇਲੇ ਬਣੂ 12 1 ਵਜੇ ਮੈਂ ਘਰੇ ਵੜੂੰਗਾ ਸਿੱਧੀ ਸਿੱਧੀ ਗਣੋ ਮੈਂ ਜਾਣਾ ਅੱਗੇ ਮੇਰਾ ਮੈਂ ਪੇਮੈਂਟ ਲੈਣੀ ਅੱਗੋ ਕਿਸੇ ਤੋਂ ਆ ਆਰਟੀਫੀਸ਼ੀਅਲ ਸੀ ਹੁਣ ਮੰਮੀ ਕਹਿੰਦੇ ਸੋਨੇ ਦੇ ਪਊਗੀ ਹਾਂ 50,000 ਨੂੰ ਦੇ ਨੇੜੇ ਤੇ ਓ 50,000 ਕੋਈ ਨਹੀਂ ਇਹ 50,000 ਹੀ ਆ ਮੈਂ ਕਹਿੰਦਾ ਐਸਟੀਮੇਟ ਤਕੜਾ ਸੀ 50,000 ਐਸਟੀਮੇਟ ਤਕੜਾ 50,000 ਹੀ ਆ ਇਹ ਹੁਣ ਮੈਨੂੰ ਫੋਨ ਤਾਂ ਨਹੀਂ ਕਰਦੇ ਪਿੱਛੇ ਕਰਾਂਗੇ ਟਾਈਮ ਸਰ ਘਰੇ ਆ ਯਾਰ ਮੈਂ ਚੱਲਿਆ ਜਾਓ ਯਾਰ ਮੈਂ ਚੱਲਿਆ ਸੋ ਕਿਸੇ ਤੋਂ ਕਰਦੇ ਆਪਾਂ ਐਂਡਿੰਗ ਮਿਲਦੇ ਆ ਅਗਲੇ ਵਲੌਗ ਚ ਤਦ ਤੱਕ ਲਈ ਸਟੇ ਟਿਊਨਡ ਜੁੜੇ ਰਹੋ ਇਦਾਂ ਹੀ ਅਗਲਾ ਵਲੌਗ ਬਹੁਤ ਛੇਤੀ ਆ ਰਿਹਾ ਤਾਂ ਮਿਲਦੇ ਆ